ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਤੇ ਯਕੀਨ ਦੇ ਨਾਲ ਬੜੀ ਵੱਡੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਪਈ ਆ ਕਿ ਮੈਂ ਜਿੱਤ ਕੇ ਤੇ ਆਪਣੇ ਜ਼ਿਲ੍ਹੇ ਦਾ ਇਲਾਕੇ ਦਾ ਸੁਧਾਰ ਕਰ ਸਕਾਂ। ਸਰ ਕਿਹੜੇ ਕਿਹੜੇ ਮੁੱਦੇ ਰਹਿਣਗੇ ਜਿਹੜੇ ਤੁਸੀਂ ਇਸ ਲੋਕ ਸਭਾ ਹਲਕੇ ਦੇ ਲਈ ਕਰੋਗੇ, ਕਿਉਂਕਿ 9 ਵਿਧਾਨ ਸਭਾ ਹਲਕੇ ਕਹਿੰਦੇ ਜੀ? ਸਾਡਾ ਸ਼ਹਿਰ ਫਿਰੋਜ਼ਪੁਰ ਅਤੇ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਦੀ ਬਦਕਿਸਮਤੀ 1947 'ਚ ਹੀ ਹੋ ਗਈ। ਦੇਸ਼ ਆਜ਼ਾਦ ਹੋਇਆ ਪਰ ਇਹ ਫਿਰੋਜ਼ਪੁਰ ਸ਼ਹਿਰ ਜਿਹੜਾ ਬਿਲਕੁਲ ਲਾਹੌਰ ਦੇ ਨੇੜੇ ਪੈਂਦਾ ਸੀ ਅਤੇ ਬੜੀ ਵੱਡੀ ਮੰਡੀ ਸੀ। ਫਾਜ਼ਿਲਕਾ ਸਾਡੀ ਬੜੀ ਵੱਡੀ ਏਸ਼ੀਆ ਦੀ ਉਹਨਾਂ ਦੀ ਮੰਡੀ ਸੀ ਅਤੇ ਅਰਬ ਕੰਟਰੀ 'ਚ ਬਹੁਤ ਵੱਡਾ ਉਹਨਾਂ ਦਾ ਵਪਾਰ ਹੁੰਦਾ ਸੀ। ਇਸੇ ਤਰ੍ਹਾਂ ਹੀਰਿਆਂ ਦੀ ਮੰਡੀ ਸਾਡੇ ਫਿਰੋਜ਼ਪੁਰ ਸ਼ਹਿਰ 'ਚ ਸੀ। ਬਦਕਿਸਮਤੀ ਨਾਲ ਬਾਰਡਰ ਲਾਈਨ ਪੰਜਾਬ 'ਚ ਖਿੱਚ ਦਿੱਤੀ ਗਈ ਅਤੇ ਇਹ ਜਿਹੜਾ ਐਡਾ ਵਧੀਆ ਲੋਕ ਇਲਾਕਾ ਸੀਗਾ ਉਹ ਬਿਲਕੁਲ ਪਛੜਿਆ ਬਣ ਗਿਆ। ਰਾਜਧਾਨੀ ਚੰਡੀਗੜ੍ਹ ਬਣਨ ਨਾਲ ਅਤੇ ਫਿਰ ਸਿਆਸੀ ਪਾਰਟੀਆਂ ਦਾ ਇਹਦੇ ਲਈ ਵਤੀਰਾ ਇਸ ਜ਼ਿਲ੍ਹੇ ਲਈ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਰਿਹਾ। ਬਾਹਰੋਂ ਲੋਕ ਆਣ ਕੇ ਇੱਥੇ ਜਿੱਤਦੇ ਰਹੇ ਅਤੇ ਫਿਰ ਉਹਨਾਂ ਆਣ ਕੇ ਕਦੀ ਇੱਥੇ ਗੇੜਾ ਵੀ ਨਹੀਂ ਮਾਰਿਆ ਅਤੇ ਨਾ ਇਸ ਬਦਕਿਸਮਤ ਸ਼ਹਿਰ ਦੀ ਸਾਰ ਲਈ। ਅਤੇ ਮੈਂ ਜਾਂ ਸਾਡੀ ਪਾਰਟੀ ਚਾਹੇਗੀ ਵੀ ਸਭ ਤੋਂ ਪਹਿਲਾਂ ਸਾਡੀ ਇਹ ਵੱਡੀ ਕੋਸ਼ਿਸ਼ ਹੋਏਗੀ ਵੀ ਅਸੀਂ ਫਿਰੋਜ਼ਪੁਰ ਦਾ ਬਾਰਡਰ ਜਿਹੜਾ ਖੁਲਾਈਏ, ਏਸ਼ੀਆ ਨਾਲ ਸਾਡਾ ਵਪਾਰ ਹੋ ਸਕੇ ਅਤੇ ਇਸੇ ਤਰ੍ਹਾਂ ਹੀ ਸੁਲੇਮਾਨ ਦਾ ਬਾਰਡਰ ਖੁਲਾ ਕੇ ਉੱਥੇ ਵੀ ਪਹਿਲਾਂ ਵਾਂਗ ਵਪਾਰ ਸਾਡਾ ਚੱਲ ਸਕੇ। ਸਾਡਾ ਵਪਾਰੀ ਵਰਗ ਇੱਥੋਂ ਦਾ ਬੜਾ ਅਮੀਰ ਅਤੇ ਬੜਾ ਵਧੀਆ ਵਿਰਸਾ ਸੀ। ਜਿਹੜੇ ਲੋਕ ਕੰਗਾਲ ਹੋ ਗਏ ਕਿਉਂਕਿ ਵਪਾਰ ਬੰਦ ਹੋ ਗਿਆ, ਅੱਗੇ ਕੰਧ ਹੋ ਗਈ, ਤਾਰਾਂ ਲੱਗ ਗਈਆਂ ਅਤੇ ਉਹ ਬਿਲਕੁਲ ਪਛੜਿਆ ਗਿਆ। ਹੋਰ ਕਿਹੜੇ ਸਰ ਮੁੱਦੇ ਹੈਗੇ ਆ ਤੁਹਾਡੇ? ਹੋਰ ਬੜਾ ਵੱਡਾ ਮੁੱਦਾ ਇੱਕ ਇਸ ਟਾਈਮ ਪੰਜਾਬ 'ਚ ਆ ਨਸ਼ਿਆਂ ਦਾ, ਅਤੇ ਨਸ਼ੇ ਜਿਹੜੇ ਨੇ ਇਹ ਜਿੰਨੀ ਵੀ ਬਾਰਡਰ ਲਾਈਨ ਆ ਜੰਮੂ ਕਸ਼ਮੀਰ ਤੋਂ ਲੱਗ ਕੇ ਗੁਜਰਾਤ ਤੱਕ, ਜਿਹੜੀ ਅਫਗਾਨਿਸਤਾਨ ਵਗੈਰਾ ਉਹ ਕੰਟਰੀ ਨੇ ਜਿੱਥੇ ਅਫੀਮ ਹੁੰਦੀ ਆ ਅਤੇ ਅਫੀਮ ਤੋਂ ਹੀਰੋਇਨ ਬਣਦੀ ਆ ਅਤੇ ਹੀਰੋਇਨ ਜਿਹੜੀ ਆ ਯੂਰਪ ਦੇਸ਼ਾਂ ਨੂੰ ਜਾਂਦੀ ਆ ਅਤੇ ਬਹੁਤ ਮਹਿੰਗੀ ਹੁੰਦੀ ਆ। ਉਹਦੇ ਕਰਕੇ ਹਮੇਸ਼ਾ ਸਾਰੇ ਸਿਆਸਤਦਾਨ ਇਹ ਹੀ ਕਹਿੰਦੇ ਆ ਜੀ ਪਾਕਿਸਤਾਨ ਤੋਂ ਨਸ਼ਾ ਆ ਰਿਹਾ, ਪਾਕਿਸਤਾਨ ਤੋਂ ਨਸ਼ਾ ਆ ਰਿਹਾ, ਪਰ ਉਹ ਤੇ ਕਰੋੜਾਂ ਰੁਪਈਆਂ ਦਾ ਸੁਣਿਆ ਉਹ ਪੈਕਟ ਹੁੰਦਾ ਹੀਰੋਇਨ ਦਾ, ਉਹ ਤੇ ਉਹਨਾਂ ਦੇਸ਼ਾਂ 'ਚ ਜਾ ਕੇ ਖੁੱਲਦਾ। ਇਹ ਰਸਤਾ ਜ਼ਰੂਰ ਆ ਅਤੇ ਉਹ ਰਸਤਾ ਇਕੱਲਾ ਪੰਜਾਬ ਨਹੀਂ ਆ, ਰਾਜਸਥਾਨ ਵੀ ਬੜਾ ਵੱਡਾ ਰਸਤਾ ਉੱਥੋਂ ਦੀ ਵੀ ਲੰਘਦਾ। ਪੰਜਾਬ ਦੇ ਵਿੱਚ ਇੱਕ ਇਹਨਾਂ ਇਹੋ ਜਿਹੀ ਡਰੱਗ ਤਿਆਰ ਕੀਤੀ ਗਈ, ਮੈਨੂੰ ਜਿੰਨਾ ਕੁ ਪਤਾ ਲੱਗਾ ਉਹ ਇਹ ਆ ਵੀ ਹਿਟਲਰ ਨੇ ਕਿਸੇ ਟਾਈਮ ਆਪਣੀ ਫੌਜ ਨੂੰ ਇਹੋ ਜਿਹਾ ਡਰੱਗ ਦਿੱਤਾ ਸੀ ਜਿਸ ਨਾਲ ਉਹ ਬੇਸੁੱਧ ਹੋ ਜਾਂਦੇ ਸਨ, ਆਪਾਂ ਨੂੰ ਭੁੱਖ ਤੇ ਉਹ ਸਭ ਕੁਝ ਮਰ ਜਾਂਦੀ ਸੀ ਤੇ ਉਹ ਕਈ ਕਈ ਦਿਨ ਉਸ ਤਰ੍ਹਾਂ ਹੀ ਲੜੀ ਜਾਂਦੇ ਸੀ। ਉਹ ਡਰੱਗ ਇਹਨਾਂ ਬਣਾ ਕੇ ਹਰਿਆਣੇ ਦਿੱਲੀ ਦੇ ਫੈਕਟਰੀਆਂ 'ਚੋਂ, ਮੈਡੀਕਲ ਜਿਹੜੀਆਂ ਫੈਕਟਰੀਆਂ ਨੇ ਉੱਥੇ ਬਣਦਾ, ਸਪਲਾਈ ਸਭ ਤੋਂ ਜ਼ਿਆਦਾ ਪੰਜਾਬ 'ਚ ਹੁੰਦਾ। ਬੇਰੁਜ਼ਗਾਰੀ ਕਾਰਨ ਤੇ ਕਈਆਂ ਹੋਰਨਾਂ ਗੱਲਾਂ ਤੋਂ ਮਜੂਸ ਹੋਇਆ ਸਾਡਾ ਨੌਜਵਾਨ, ਇਹ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਤੇ ਇਸੇ ਤਰ੍ਹਾਂ ਗੈਂਗਸਟਰ ਵੀ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਮਸਲਾ ਤੇ ਮੁੱਦਾ ਵਾ। ਇਸ ਕਰਕੇ ਇਹ ਦੋਵਾਂ ਚੀਜ਼ਾਂ ਤੋਂ ਇਹਨਾਂ ਨੂੰ ਛੁਟਕਾਰਾ ਦਵਾਉਣਾ ਬਹੁਤ ਜ਼ਰੂਰੀ ਹੈ।
ਹਾਂ ਉਹਦੇ ਦੇਖੋ ਜੀ, ਉਹਨੂੰ ਇਹ ਲਫ਼ਜ਼ ਗੈਂਗਸਟਰ ਦਾ ਦੇਤਾ ਤੇ ਮੈਂ ਹੀ ਨਹੀਂ ਗੱਲ ਕਰਦਾ, ਇੱਥੇ ਤੁਸੀਂ ਫਿਰੋਜ਼ਪੁਰ ਸ਼ਹਿਰ ਤੋਂ ਕਿਸੇ ਤੋਂ ਵੀ ਉਹਦੇ ਬਾਰੇ ਪੁੱਛੋ, ਜਿਨ੍ਹਾਂ ਨਾਲ ਉਹ ਰਿਹਾ, ਜਿਨ੍ਹਾਂ ਨਾਲ ਬੱਚਿਆਂ ਨਾਲ ਖੇਡਿਆ, ਜਾਂ ਕਿਵੇਂ ਵੀ, ਉਹ ਕਿਹੋ ਜਿਹਾ ਮੁੰਡਾ ਸੀ। ਜੇ ਜੈਪਾਲ ਵਰਗਾ ਮੁੰਡਾ ਗੈਂਗਸਟਰ ਬਣ ਸਕਦਾ ਜਾਂ ਇਹਨਾਂ ਹਾਲਾਤਾਂ 'ਚ ਉਹ ਹੋ ਸਕਦਾ, ਤੇ ਮੈਂ ਸਮਝਦਾ ਵੀ ਪੰਜਾਬ ਦਾ ਕੋਈ ਵਾਲੀ ਵਾਰ ਸੀ ਨਹੀਂ, ਹੋਰ ਵੀ ਹੋ ਸਕਦੇ ਆ। ਉਹ ਪੜ੍ਹਿਆ ਲਿਖਿਆ ਸੀ, ਇੰਟੈਲੀਜੈਂਟ ਸੀ, ਕੋਈ ਨਸ਼ਾ ਨਹੀਂ ਸੀ ਕਰਦਾ, ਜਿਉਂ ਜੰਮਿਆ ਚਾਹ ਨਹੀਂ ਪੀਤੀ ਉਹਨੇ, ਤੇ ਪਲੇਅਰ ਸੀ। ਪਰ ਸਾਡੇ ਸਿਸਟਮ ਨੇ ਉਹਨੂੰ ਵਾਪਸ ਨਹੀਂ ਆਉਣ ਦਿੱਤਾ, ਫਿਰ ਉਹਨੂੰ ਫੜ ਕੇ ਮਾਰ ਦਿੱਤਾ ਗਿਆ। ਦੂਜਾ ਬੇਟਾ ਵੀ ਤੁਹਾਡਾ ਹਜੇ ਜੇਲ੍ਹ ਦੇ ਵਿੱਚ ਹੈ? ਮੇਰਾ ਬੇਟਾ ਦੂਜਾ ਕਨੇਡਾ ਤੋਂ ਆਇਆ ਸੀ, ਉਹ ਆਪਣੇ ਆਪ 'ਚ ਮੇਰੇ ਤੋਂ ਚੋਰੀ ਆ ਗਿਆ ਵੀ ਮੈਂ ਇਹਨੂੰ ਕੱਢਦਾ ਇੱਥੋਂ ਜਾਂ ਪੇਸ਼ ਕਰਾਉਂਦੇ ਆ ਜਾਂ ਕੁਛ ਕਰਦੇ ਆ। ਉਹ ਫੜਿਆ ਗਿਆ, ਉਹਦੇ 'ਤੇ ਇਹਨਾਂ ਨੇ ਕੇਸ ਪਾ ਦਿੱਤੇ। ਜਦੋਂ ਜੈਪਾਲ ਦਾ ਮਰਡਰ ਕਰ ਦਿੱਤਾ, ਮੈਂ ਬੋਲਿਆ ਤੇ ਇਹਨਾਂ ਦੋ ਤਿੰਨ ਕੇਸ ਉੱਤੇ ਹੋਰ ਪਾ ਦਿੱਤੇ। ਉਹ ਅਜੇ ਵੀ ਬਠਿੰਡੇ ਜੇਲ੍ਹ 'ਚ ਰੁਲ ਰਿਹਾ। ਮੈਂ ਕਈ ਵਾਰਾਂ ਦਰਖਾਸਤਾਂ ਵਗੈਰਾ ਦਿੱਤੀਆਂ ਵੀ ਉਹਦਾ ਹੱਲਾਂ, ਉੱਥੋਂ ਦੇ ਰਿਕਾਰਡ ਮੁਤਾਬਕ ਗੈਂਗਸਟਰਾਂ 'ਚੋਂ ਨਾਂ ਵੀ ਨਿਕਲ ਗਿਆ, ਜੋ ਉਹਨਾਂ ਦੀ ਕਮੇਟੀ ਬਣੀ ਹੈ ਉਹਦੇ ਰੂਲ ਮੁਤਾਬਕ ਉਹ ਗੈਂਗਸਟਰਾਂ 'ਚ ਨਹੀਂ ਆਉਂਦਾ, ਤੇ ਨਾ ਹੀ ਉਹਦਾ ਉੱਥੇ ਇਹੋ ਜਿਹਾ ਬਿਹੇਵੀਅਰ ਆ। ਉਹ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਅਫਸਰ ਇਹ ਗੱਲ ਮੰਨਦੇ ਆ, ਪਰ ਉਹਦੀ ਵੇਖ ਲਓ ਵੀ ਮੈਨੂੰ ਸਿਰਫ ਉਹਦੀ ਆਵਾਜ਼ ਉਠਾਉਣ ਲਈ ਉਹ ਸਜ਼ਾ ਦਿੱਤੀ ਜਾ ਰਹੀ ਹੈ, ਉਹ ਉਸੇ ਜੇਲ੍ਹ 'ਚ ਹੀ ਬੰਦ ਆ ਬਠਿੰਡੇ, ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਜਾ ਰਹੀ ਤੇ ਹੋਰ ਕੇਸ ਉੱਤੇ ਪਾਏ ਜਾ ਰਹੇ ਆ। ਚਲੇ, ਸਿਆਸਤ 'ਚ ਆਉਣ ਦਾ ਕੀ ਮਕਸਦ ਹੈਗਾ ਜੀ? ਮੇਰੇ ਸਿਆਸਤ 'ਚ ਇਹ ਆ ਵੀ ਮੇਰਾ ਜਿਸ ਤਰ੍ਹਾਂ ਘਰ ਤਬਾਹ ਕਰ ਦਿੱਤਾ, ਮੈਂ ਇੱਕ ਪੁਲਿਸ ਦਾ ਥਾਣੇਦਾਰ ਸਾਂ, ਮੈਂ ਕਾਨੂੰਨ ਨੂੰ ਸਮਝਦਾ ਸਾਂ, ਮੈਂ ਨਿਯਮਾਂ ਨੂੰ ਸਮਝਦਾ ਸਾਂ, ਮੈਂ ਹਰ ਚੀਜ਼ ਨੂੰ ਸਮਝਦਿਆਂ ਹੋਇਆ ਮੇਰਾ ਜਿਸ ਤਰ੍ਹਾਂ ਇਸ ਸਿਸਟਮ ਨੇ ਘਰ ਉਜਾੜ ਦਿੱਤਾ, ਤੇ ਹੋਰ ਘਰ ਵੀ ਇਸ ਤਰ੍ਹਾਂ ਉਜੜਦੇ ਆ, ਤੇ ਮੈਂ ਆਪਣੇ ਇਸ ਸ਼ਹਿਰ ਦਾ, ਆਪਣੇ ਇਲਾਕੇ ਦਾ ਮੈਂ ਸੁਧਾਰ ਕਰ ਲਈ ਆਇਆ। ਸਰ, ਤੁਸੀਂ ਪੋਲੀਟੀਸ਼ੀਅਨ ਦੇ ਬਣੇ ਹੋ, ਇਹ ਆਪਣੇ ਨਿੱਜੀ ਹਿੱਤਾਂ ਲਈ ਬਣੇ ਹੋ ਜਾਂ ਲੋਕਾਂ ਦੀ ਸੇਵਾ ਕਰਨ ਲਈ ਬਣੇ ਹੈਗੇ ਹੋ? ਨਹੀਂ, ਮੇਰਾ ਨਿੱਜੀ ਹਿੱਤ ਕੋਈ ਨਹੀਂ ਆ, ਨਾ ਕੋਈ ਮੇਰਾ ਫਿਊਚਰ ਆ। ਮੇਰਾ ਇੱਕ ਪੁੱਤ ਸੀ, ਉਹਦੀ ਗਾਂ ਕੋਈ ਦੇਖ ਲਓ ਔਲਾਦ ਨਹੀਂ, ਉਹ ਮਾਰਤਾ ਭਗੌੜਾ ਬਣਾ ਦਿੱਤਾ, ਦੂਜਾ ਜੇਲ੍ਹ 'ਚ ਆ, ਤੇ ਮੇਰਾ ਕੋਈ ਨਿੱਜੀ ਹਿੱਤ ਨਹੀਂ। ਮੈਂ ਲੋਕਾਂ ਦੀ ਸੇਵਾ ਲਈ ਆਇਆ ਤੇ ਨਿਰਾਸ਼ ਹੋ ਕੇ ਉਸ ਗੱਲੋਂ ਆਇਆ ਵੀ ਸਾਡੇ ਜਿਹੜਾ ਵੀ ਸਿਆਸਤਦਾਨ ਆਣ ਕੇ ਅੱਗੇ ਜਾਂ ਪਾਰਟੀ ਝੂਠ ਬੋਲ ਕੇ ਜਦੋਂ ਵੋਟਾਂ ਪਾ ਕੇ ਜਿੱਤ ਜਾਂਦੀ ਹੈ, ਦੂਜੀ ਦੂਜੀ ਪਾਰਟੀ ਵਰਗੀ ਹੋ ਜਾਂਦੀ ਹੈ। ਮੈਨੂੰ ਬੜੀ ਉਮੀਦ ਸੀ ਆਮ ਪਾਰਟੀ ਕੋਲ, ਇੱਥੇ ਅਸੀਂ ਸਾਰਿਆਂ ਵੋਟਾਂ ਵੀ ਪਾਈਆਂ, ਜਿਤਾਏ ਵੀ, ਤੇ ਫਿਰ ਵੀ ਕੋਈ ਪਹਿਲਾਂ ਨਾਲੋਂ ਬਦਲਾਅ ਨਹੀਂ ਹੋਇਆ। ਪਹਿਲਾਂ ਵਾਲਾ ਹੀ ਨਿਰਾਸ਼ਾਜਨਕ ਵਤੀਰਾ ਲੋਕਾਂ ਨਾਲ, ਤੇ ਉਸ ਤਰ੍ਹਾਂ ਹੀ ਹੁਣ ਵੀ ਕੁਛ ਇੱਕ ਲੋਕਾਂ ਨੂੰ ਮਾਰ ਦਿੱਤਾ ਜਾ ਰਿਹਾ ਜਾਂ ਉਹਨੂੰ ਕਰ ਰਿਹਾ, ਕੰਟਰੋਲ ਨਹੀਂ ਹੋਇਆ। ਤੇ ਇਹੀ ਪਾਰਟੀ ਸਰ ਤੁਸੀਂ ਕਿਉਂ ਚੁਣੀ? ਕੀ ਇਹਦੇ ਵਿੱਚ ਆ ਕੇ ਤੁਸੀਂ ਆਪਣਾ ਰਾਜਨੀਤਿਕ ਕਰੀਅਰ ਜਿਹੜਾ ਸ਼ੁਰੂ ਕਰੋਗੇ? ਮੈਂ ਸਾਰੀਆਂ ਪਾਰਟੀਆਂ ਬਾਰੇ ਹੀ ਚੰਗੀ ਤਰ੍ਹਾਂ ਜਾਣਦਾ, ਨਿੱਜੀ ਤੌਰ ਤੇ ਵੀ ਸਾਰੇ ਨੂੰ ਜਾਣਦਾ ਜਾਂ ਉਹਨਾਂ ਲੋਕਾਂ 'ਚ ਦੀਆਂ, ਤੇ ਸਾਰੀਆਂ ਪਾਰਟੀਆਂ 'ਚ ਮੈਂ ਦੇਖੀ ਹੈ ਬਹੁਤ ਸਾਰੀਆਂ ਕਰਪਟ ਨੇ, ਤੇ ਇਹ ਸਿਮਰਨਜੀਤ ਸਿੰਘ ਮਾਨ ਤੇ ਇਹਨਾਂ ਦੀ ਪਾਰਟੀ ਇਮਾਨਦਾਰ ਆ। ਤੇ ਦੂਜੀ ਗੱਲ ਇਹ ਆ ਵੀ ਇਹਨਾਂ ਪਾਰਟੀ 'ਚੋਂ ਸੁਧਾਰ ਵੀ ਕੀਤਾ, ਜੇ ਕੋਈ ਬੰਦਾ ਗਲਤ ਐਲੀਗੇਸ਼ਨ ਲਾਇਆ ਤੇ ਇਹਨਾਂ ਪਾਰਟੀ 'ਚੋਂ ਕੱਢਿਆ। ਜਦੋਂ ਕਿ ਦੂਜੀਆਂ ਪਾਰਟੀਆਂ 'ਚ ਇੱਕ ਮੰਤਰੀ ਤੇ ਵੀ ਐਲੀਗੇਸ਼ਨ ਲੰਦਾ ਜੋ ਉਹਦਾ ਮੰਤਰੀ ਪਦ ਵੀ ਨਹੀਂ ਲਿਆ ਜਾਂਦਾ, ਤੇ ਇਹਨਾਂ ਪਾਰਟੀ 'ਚੋਂ ਹੀ ਕੱਢ ਹੀ ਦਿੱਤੇ ਜੇ ਕਿਸੇ ਤੇ ਲੱਗਾ। ਵੱਡੀ ਜਿੱਤ ਹਾਸਲ ਕਰੋਗੇ? ਬਿਲਕੁਲ ਜੀ, ਮੈਂ ਜਿੱਤ ਹਾਸਲ ਨਹੀਂ ਕਰਾਂਗਾ, ਇੱਥੋਂ ਦੀ ਜਨਤਾ ਦੀ, ਆਮ ਬੰਦਿਆਂ ਦੀ, ਸਧਾਰਨ ਬੰਦਿਆਂ ਦੀ ਜਿੱਤ ਹੋਏਗੀ। ਮੇਰੀ ਜਿੱਤ ਨਹੀਂ, ਇਹਨਾਂ ਲੋਕਾਂ ਦੀ ਜਿੱਤ ਹੋਏਗੀ। ਮੈਨੂੰ ਉਮੀਦ ਹੈ ਵੀ ਇਹ ਲੋਕ ਮੈਨੂੰ ਵੋਟਾਂ ਪਾ ਕੇ ਜਿਤਾਉਣਗੇ, ਪਾਰਲੀਮੈਂਟ 'ਚ ਭੇਜਣਗੇ, ਤੇ ਮੈਂ ਇਹ ਲੋਕਾਂ 'ਚ ਹੀ ਰਹਿ ਬਹਿ ਕੇ ਮਸਲੇ ਹੱਲ ਕਰਾਉਣ 'ਚ ਕਾਮਯਾਬ ਹੋਵਾਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਸੀਂ ਟੋਟਲ 16 ਸੀਟਾਂ ਤੇ ਚੋਣ ਲੜਾਂਗੇ, ਜਿਨਦੇ ਵਿੱਚੋਂ 13 ਪੰਜਾਬ ਦੀਆਂ, ਇੱਕ ਚੰਡੀਗੜ੍ਹ ਤੇ 2 ਹਰਿਆਣੇ ਦੀਆਂ, ਕਰਨਾਲ ਤੇ ਕੁਰਕਸ਼ੇਤਰ। ਜਿਹੜੇ ਕਰਨਾਲ ਤੇ ਕੁਰਕਸ਼ੇਤਰ ਦੇ ਅਸੀਂ ਉਮੀਦਵਾਰ ਪਾਰਟੀ ਨੇ ਐਲਾਨ ਦਿੱਤੇ ਨੇ, ਤਕਰੀਬਨ 9 ਉਮੀਦਵਾਰ ਸਾਡੇ ਪੰਜਾਬ ਦੇ ਜਿਹੜੇ ਨੇ ਉਹ ਵੀ ਐਲਾਨੇ 'ਚ ਆ ਚੁੱਕੇ ਨੇ। ਟੋਟਲ ਅਸੀਂ 11 ਉਮੀਦਵਾਰ ਐਲਾਨ ਚੁੱਕੇ ਹਾਂ, ਜਿਹੜੇ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ, ਇਹ ਸਾਡੀਆਂ 5 ਸੀਟਾਂ ਜਿਹੜੀਆਂ ਰਹਿ ਗਈਆਂ ਨੇ। ਤੇ ਅਸੀਂ ਜਲਦੀ ਇਹ ਵੀ ਸੀਟਾਂ ਲਾਣਾਂਗੇ, ਸਾਰੀਆਂ ਸੀਟਾਂ ਤੇ ਜਿੱਥੇ ਅਸੀਂ ਚੋਣ ਲੜਾਂਗੇ ਉੱਥੇ ਜਿਹੜੇ ਪੰਜਾਬ ਦੇ ਮੁੱਦੇ ਨੇ, ਸਿੱਖ ਕੌਮ ਦੇ ਮੁੱਦੇ ਨੇ, ਉਹਨਾਂ ਦੇ ਉੱਤੇ ਸਾਡਾ ਪੂਰਾ ਫੋਕਸ ਰਹੇਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਪਹਿਲਾਂ ਜਿੱਤੇ ਸੀ ਤੇ ਉਸ ਵਕਤ ਮਮਤਾ ਬੈਨਰਜੀ ਜਦੋਂ ਰੇਲਵੇ ਮੰਤਰੀ ਬਣੀ ਸੀ ਉਦੋਂ ਫਿਰੋਜ਼ਪੁਰ ਤੋਂ ਜਿਹੜੀ ਅੰਮ੍ਰਿਤਸਰ ਸਾਹਿਬ ਨੂੰ ਰੇਲਵੇ ਲਾਈਨ ਜਿਹੜੀ ਮਨਜ਼ੂਰ ਕਰਵਾਈ ਸੀ, ਜਿਹਦੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਉਦੋਂ ਰੇਲਵੇ ਦੇ ਮੈਂਬਰ ਵੀ ਹੁੰਦੇ ਸੀ। ਸੋ ਇਸ ਕਰਕੇ ਪਾਰਟੀ ਨੇ ਜਿਹੜੇ ਫਿਰੋਜ਼ਪੁਰ ਵਾਸਤੇ ਪਹਿਲਾਂ ਵੀ ਬੜੇ ਕੰਮ ਕੀਤੇ ਨੇ, ਅਸੀਂ ਬਾਰਡਰ ਖੋਲ੍ਹਣ ਵਾਸਤੇ ਹਰ ਸਾਲ ਜਿਹੜੀ ਉਹ ਰੈਲੀ ਵੀ ਕਰਦੇ ਹਾਂ। ਸੋ ਪਾਰਟੀ ਦੇ ਫਿਰੋਜ਼ਪੁਰ ਤੋਂ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੂੰ ਜਿਹੜਾ ਉਮੀਦਵਾਰ ਲਾਉਂਦੇ ਹਾਂ, ਉਹਦੇ ਬਾਬਤ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੇ। ਤੇ ਬੇਨਤੀ ਕਰਦੇ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ, ਉਹ ਆਪ ਜੀ ਨਾਲ ਵਿਚਾਰ ਕਰਨ। ਬਿਲਕੁਲ ਜੀ, ਚਲੋ ਸਾਰੀਆਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਝੂਠ ਨਹੀਂ ਮਾਰਦੇ, ਪਰ ਅਸੀਂ ਬਹੁਮਤ ਦੇ ਵਿੱਚ ਇਹਨਾਂ ਸੀਟਾਂ ਦੇ ਵਿੱਚੋਂ ਅਸੀਂ ਜਿੱਤ ਕੇ ਨਿਕਲਾਂਗੇ, ਕਿਉਂਕਿ ਲੋਕਾਂ ਦੇ ਵਾਸਤੇ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਦੇ ਮੁੱਦੇ ਚੁੱਕੇ ਨੇ, ਭਾਈ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ, ਤੇ ਜਿਨ੍ਹਾਂ ਦਾ ਏਜੰਸੀਆਂ ਵੱਲੋਂ ਕਤਲ ਕਰਵਾਇਆ ਗਿਆ, ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਮੁੱਦੇ ਚੁੱਕੇ ਨੇ, ਜਿਹਦੇ ਨਾਲ ਭਾਰਤ ਦੀ ਜਿਹੜੀ ਕੂਟਨੀਤਕ ਸੀ ਉਹ ਅਲੱਗ ਥਲੱਗ ਪੈ ਚੁੱਕੀ ਹੈ। ਸੋ ਬੜੀ ਵੱਡੀ ਇੱਕ ਗੱਲ ਹੈ, ਪਾਰਲੀਮੈਂਟ ਵਿੱਚ ਖਲੋ ਕੇ ਅਜੀਤ ਡੋਭਾਲ ਵਰਗਿਆਂ ਨੂੰ ਕਹਿਣਾ ਕਿ ਤੁਸੀਂ ਸਾਡੇ ਸਿੱਖਾਂ ਦਾ ਕਤਲ ਕਰ ਰਹੇ ਜੇ ਕੋਈ ਸਬੂਤ ਤੋਂ ਬਗੈਰ ਗੱਲ ਸੀ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਕਾਰਵਾਈ ਹੋ ਸਕਦੀ ਸੀ। ਸੋ ਇੱਥੋਂ ਸਾਬਤ ਹੁੰਦਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਬੋਲਿਆ ਵੀ ਸਾਡੇ ਸਿੱਖਾਂ ਦੀ ਕਤਲ ਕਰ ਰਹੀ ਹੈ ਏਜੰਸੀਆਂ ਕਰ ਰਹੀਆਂ ਨੇ, ਉਹ ਬਿਲਕੁਲ ਸੱਚ ਸੀ। ਤੇ ਅੱਜ ਰਾਤ ਰਾਜਨਾਥ ਸਿੰਘ ਮੰਨ ਵੀ ਚੁੱਕਾ ਹੈ ਕਿ ਭਾਵੇਂ ਕੋਈ ਪਾਕਿਸਤਾਨ ਵਿੱਚ ਸਿੱਖ ਜਾ ਕੇ ਲੁਕੇ ਜਾਂ ਜਿੱਥੇ ਮਰਜ਼ੀ ਲੁਕੇ, ਅਸੀਂ ਉਹਨਾਂ ਕਤਲ ਕਰਾਂਗੇ। ਵੇਖੋ ਜੀ, ਜਿਹੜਾ ਗੈਂਗਸਟਰ ਦਾ ਨਾਂ ਦਿੱਤਾ ਗਿਆ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ, ਕਿਉਂਕਿ ਕੋਈ ਵੀ ਗੈਂਗਸਟਰ ਮਾਂ ਦੇ ਪੇਟ ਤੋਂ ਜੰਮ ਕੇ ਨਹੀਂ ਆਉਂਦਾ, ਤੇ ਗੈਂਗਸਟਰ ਨਹੀਂ, ਇਹ ਸਾਡੀ ਤ੍ਰਾਸਦੀ ਹੈ। ਨਰਿੰਦਰ ਮੋਦੀ ਉੱਤੇ 11 ਕਤਲਾਂ ਦਾ ਦੋਸ਼ ਲੱਗਾ ਗੁਜਰਾਤ ਦੇ ਵਿੱਚ, ਬੀਬੀ ਬਿਲਕਿਸ ਬਾਨੋ ਦਾ ਕਤਲ ਰੇਪ ਕੀਤਾ ਗਿਆ, ਉਹਦੇ ਪਰਿਵਾਰ ਨੂੰ ਕਤਲ ਕੀਤਾ ਗਿਆ, ਉਹਨਾਂ ਨੂੰ ਛੱਡ ਦਿੱਤਾ ਗਿਆ। ਅਮਿਤ ਸ਼ਾਹ ਜਿਹੜਾ ਸਾਡਾ ਗ੍ਰਹਿ ਮੰਤਰੀ ਹੈ, ਉਹਨੂੰ ਤੜੀ ਪਾਰ ਦਾ ਕੋਰਟ ਨੇ ਹੁਕਮ ਦੀ ਕੀਤਾ ਕਿ ਤੂੰ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ। ਉਹ ਸਾਡਾ ਗ੍ਰਹਿ ਮੰਤਰੀ ਹੈ, ਜਿਹੜਾ ਕਾਤਲ ਸੀ ਉਹ ਮੁੱਖ ਪ੍ਰਧਾਨ ਮੰਤਰੀ ਹੈ। ਤੇ ਜੈਪਾਲ ਭੁੱਲਰ ਦੇ ਤਾਂ ਫਿਰੋਜ਼ਪੁਰ ਦੇ ਵਿੱਚ ਇੱਕ ਵੀ ਕਿਸੇ ਦਾ ਕਤਲ ਨਹੀਂ ਕੀਤਾ, ਇੱਕ ਵੀ ਲੁੱਟ ਖੋਹ ਨਹੀਂ ਕੀਤੀ, ਉਹਨੂੰ ਗੈਂਗਸਟਰ ਦਾ ਨਾਂ ਕਿਉਂ ਦਿੱਤਾ ਗਿਆ? ਸਾਡੀ ਤ੍ਰਾਸਦੀ, ਕਿਉਂਕਿ ਘੱਟ ਗਿਣਤੀਆਂ ਤੇ ਸਿੱਖ ਕੌਮ ਦੇ ਨਾਲ ਇਹ ਖਤਮ ਕਰਨਾ ਚਾਹੁੰਦੇ ਨੇ।